ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਭਖਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਨੇ ਸਿਆਸਤ ਵਿੱਚ ਤਰਥੱਲੀ ਮਚਾ ਦਿੱਤੀ ਹੈ। ਦੱਸ ਦਈਏ ਕਿ ਯੂਪੀ ਦੇ ਖਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਜੋ ਵੀ ਖਰਚਾ ਆਇਆ ਸੀ ਉਹ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਪੰਜਾਬ ਸਰਕਾਰ ਵਸੂਲ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਟਵੀਟ 'ਚ ਲਿਖਿਆ ਕਿ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਰੱਖਣ ਲਈ ਅਤੇ ਜੋ ਵੀ ਉੱਤੇ ਖਰਚਾ ਆਇਆ, ਕੇਸ ਲੜਨ ਦਾ ਖਰਚਾ ਆਇਆ 55 ਲੱਖ ਰੁਪਏ, ਪੰਜਾਬ ਸਰਕਾਰ ਆਪਣੇ ਖਜ਼ਾਨੇ ਵਿੱਚੋਂ ਨਹੀਂ ਦੇਵੇਗੀ। ਇਹ ਪੈਸਾ ਤਤਕਾਲੀ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਬਰਾਮਦ ਕੀਤਾ ਜਾਵੇਗਾ। ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦੀ ਪੈਨਸ਼ਨ ਅਤੇ ਸਰਕਾਰੀ ਸਹੂਲਤਾਂ ਰੱਦ ਕਰ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇਸ ਟਵੀਟ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਤਾਵਨੀ ਦਿੱਤੀ ਹੈ। ਉੱਧਰ ਜਦੋਂ ਇਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਸੁਣੋ ਰੰਧਾਵਾ ਦੇ ਜ਼ੁਬਾਨੀ। ਮੁੱਖ ਮੰਤਰੀ ਨੇ ਅਜੇ ਟਵੀਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਤਾਵਨੀ। ਇਹ ਚੇਤਾਵਨੀ ਪਹਿਲਾਂ ਚੰਨੀ ਨੂੰ ਦਿੱਤੀ ਗਈ ਸੀ, 2 ਕਰੋੜ ਵਾਲੀ। ਆਪ CM ਨੇ ਪ੍ਰੈਸ ਕਾਨਫਰੰਸ ਕੀਤੀ। ਮੈਂ ਪੁੱਛਣਾ ਚਾਹੁੰਦਾ ਕਿ ਉਹ ਚੇਤਾਵਨੀ ਕਿੱਥੇ ਗਈ? ਮੈਂ ਸੀ ਹੁਣ ਕਹਿੰਦਾ ਚੇਤਾਵਨੀ ਨਾ ਦੇ, ਨੋਟਿਸ ਭੇਜ ਅਤੇ ਉਹਦਾ ਮੈਂ ਜਵਾਬ ਦੇਵਾਂਗਾ। ਮੈਂ ਇੱਦਾਂ ਜਿਹੜੀ ਝੂਠੀ ਸ਼ੋਹਰਤ ਅਤੇ ਜੁਮਲੇਬਾਜ਼ੀ ਕਰਨੀ, ਕਿਉਂਕਿ ਆਪ ਸਟੇਜ ਦੇ ਉਹ ਜਿਹੇ ਰਹੇ ਨੇ ਅਤੇ ਇਹਨਾਂ ਨੂੰ ਇਹ ਆਦਤ ਬਣੀ ਆ। ਆਪਾਂ ਸੀਜ਼ਨਡ ਪੋਲੀਟੀਸ਼ੀਅਨ ਆ, ਲੋਕਾਂ ਦੀ ਸੇਵਾ ਕੀਤੀ ਆ, ਲੋਕਾਂ ਦੇ ਨਾਲ ਤੁਰੇ ਹਾਂ ਔਰ ਤੁਰਦੇ ਰਵਾਂਗੇ। ਇਹ ਜੁਮਲੇਬਾਜ਼ੀ ਤੋਂ ਮੈਂ ਜਿਹੜੀ ਮੈਂ ਇਹਦਾ ਜਵਾਬ ਠੋਕ ਕੇ ਦੇਵਾਂਗਾ। ਜੇ ਜ਼ਰੂਰਤ ਆ CM ਨੂੰ ਅੱਜ ਟਵੀਟ ਕਰਨ ਤੋਂ ਪਹਿਲਾਂ ਨੋਟਿਸ ਹੋਣਾ ਚਾਹੀਦਾ, ਨੋਟਿਸ ਦੀ ਕਾਪੀ ਟਵੀਟ 'ਤੇ ਲਾਉਣੀ ਚਾਹੀਦੀ ਕਿ ਮੈਂ ਨੋਟਿਸ ਦੇ ਦਿੱਤਾ। ਦੂਸਰੀ ਮੈਂ ਇਹਨੂੰ ਦੱਸ ਦੇਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਸੋਚ ਸਮਝ ਕੇ ਕੋਈ ਬਿਆਨ ਦਿਆ ਕਰੋ। ਅੱਜ ਤੱਕ ਪੇਮੈਂਟ ਨਹੀਂ ਕੀਤੀ ਗਈ ਅਤੇ ਜੇ ਤੇਰੇ ਜੋ ਜ਼ਰੂਰਤ ਆ ਉਹਨੂੰ ਜਿੱਦਾਂ ਵੈਸੀ ਭੇਜ ਦਿੱਤੀ ਸੀ ਕਿ ਆਪਣੇ ਡਿਪਾਰਟਮੈਂਟ, ਅਤੇ ਤੇਰੇ ਜ਼ਰੂਰਤ ਆ ਤਾਂ ਉਹਨੂੰ ਕਰ ਕੈਂਸਲ ਅਤੇ ਦੇ ਲੋਕਾਂ ਨੂੰ। ਜਦੋਂ ਪੇਮੈਂਟ ਹੀ ਨਹੀਂ ਗਈ ਤਾਂ ਰਿਕਵਰੀ ਕਾਹਦੀ ਕਰੇਗਾ? ਰਿਕਵਰੀ ਬਿਨਾਂ ਮਤਲਬ ਤੋਂ ਕਰੇਗਾ? ਕਿਹੜੀ ਰਿਕਵਰੀ? ਇਹਨੂੰ ਅਗਰ ਨੋਟਿਸ ਦੇਵੇ, ਰਿਕਵਰੀ ਪਾਵੇ, ਫਿਰ ਇਹਨੂੰ ਮੈਂ ਜਵਾਬ ਦਊਂ। ਕਿਹੜੀ ਵਕੀਲ ਕਰਨੇ? ਉਹ ਸਾਡਾ ਕੰਮ ਹੀ ਨਹੀਂ ਇਹ ਵੀ ਕਰਦਾ? ਇਹਨੂੰ ਨਹੀਂ ਪਤਾ ਵਕੀਲ ਕਰਨੇ? ਮੈਂ ਕੀਤੇ ਨਹੀਂ, ਉਹਨੇ ਹੋਮ ਨੇ ਕੀਤੇ, ਉਹਨਾਂ ਨੇ ਕਰਨੇ ਆ। ਗੌਰਮੈਂਟ ਜਿਹੜੀ ਹੁੰਦੀ ਆ, ਜਿਹੜਾ ਡਿਪਾਰਟਮੈਂਟ ਹੁੰਦਾ, ਰਿਸਪੋਂਡੈਂਟ ਹੁੰਦਾ, ਨਾ ਕਿ ਅਸੀਂ ਮੁਲਜ਼ਮਾਂ ਵੱਲੋਂ ਅਸੀਂ ਨਹੀਂ ਮੁਲਜ਼ਮਾਂ ਵੱਲੋਂ ਕੀਤਾ, ਅਸੀਂ ਮੁਲਜ਼ਮਾਂ ਵੱਲੋਂ ਪਾਰਟੀ ਨਹੀਂ ਬਣੇ, ਸਾਨੂੰ ਸੁਪਰੀਮ ਕੋਰਟ ਨੇ ਪਾਰਟੀ ਡਿਪਾਰਟਮੈਂਟ ਨੇ ਬਣਾਇਆ। ਪਤਾ ਨਹੀਂ ਕਾਨੂੰਨ ਨੂੰ ਸੁਣਨਾ ਨਹੀਂ, ਪਰ ਕੀ ਖਾਧੀ ਪੀਤੀ ਜੀ ਗੱਲ ਕਰਨੀ, ਉਹਦਾ ਕੀ ਪਤਾ ਹੋਣਾ। ਸੁਖਜਿੰਦਰ ਸਿੰਘ ਰੰਧਾਵਾ ਨੇ ਕਰੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਚੇਤਾਵਨੀ ਨਾ ਦਿਓ, ਸਾਨੂੰ ਨੋਟਿਸ ਭੇਜੋ, ਅਸੀਂ ਕੋਰਟ ਦੇ ਵਿੱਚ ਇਸ ਦਾ ਜਵਾਬ ਦੇਵਾਂਗੇ। ਅਜਿਹੇ 'ਚ ਦੇਖਣਾ ਹੋਵੇਗਾ ਪੰਜਾਬ ਸਰਕਾਰ ਰੰਧਾਵੇ ਹੋਰਾਂ ਕੋਲੋਂ ਅਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੋਂ ਇਹ ਪੈਸੇ ਵਸੂਲ ਕਰ ਪਾਵੇਗੀ ਜਾਂ ਨਹੀਂ। ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੀ ਗੱਲ ਰਹੇਗੀ। ਹਕੀਕੀ TV ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।